ਭਾਵੇਂ ਕਿ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਵੱਲੋਂ ਸ਼ਹੀਦ ਫੌਜੀਆਂ ਦੇ ਪਰਿਵਾਰਾਂ ਨੂੰ ਬੇਸ਼ੁਮਾਰ ਸਹੂਲਤਾਂ ਮੁਹੱਈਆ ਕਰਵਾਉਣ ਦੇ ਲਈ ਦਾਅਵੇ ਕੀਤੇ ਜਾਂਦੇ ਨੇ, ਪਰ ਉਹਨਾਂ ਫੌਜੀਆਂ ਦੇ ਪਰਿਵਾਰਾਂ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹ ਅੱਜ ਵੀ ਆਪਣੇ ਸ਼ਹੀਦ ਹੋਏ ਪੁੱਤ ਨੂੰ ਯਾਦ ਕਰਦਿਆਂ ਸਰਕਾਰ ਨੂੰ ਕੋਸ ਰਹੇ ਨੇ। ਵਾਅਦੇ ਤਾਂ ਕੀਤੇ ਗਏ ਪਰ ਵਾਅਦੇ ਕਦੋਂ ਪੂਰੇ ਹੋਣਗੇ ਇਹ ਇੰਤਜ਼ਾਰ ਹੈ। ਹੁਸ਼ਿਆਰਪੁਰ ਦੇ ਪਿੰਡ ਜਹੂਰਾ ਦੇ ਸ਼ਹੀਦ ਹੋਏ ਹੌਲਦਾਰ ਬਲਜਿੰਦਰ ਸਿੰਘ ਦਾ ਪਰਿਵਾਰ ਸਰਕਾਰੀ ਸਹਾਇਤਾ ਲਈ ਤਰਸ ਰਿਹਾ ਹੈ। ਪਰਿਵਾਰ ਦਾ ਕਹਿਣਾ ਹੈ ਕਿ ਉਹ ਸਰਕਾਰੀ ਦਫ਼ਤਰਾਂ ਵਿੱਚ ਗੇੜੇ ਮਾਰ ਮਾਰ ਕੇ ਥੱਕ ਚੁੱਕੇ ਨੇ। ਘਰ ਵਿੱਚ ਕੋਈ ਪੁਰਸ਼ ਮੈਂਬਰ ਨਹੀਂ। ਸ਼ਹੀਦ ਦੀ ਮਾਂ ਦਾ ਦਰਦ ਸੁਣਦਿਆਂ ਅੱਖਾਂ ਭਰ ਜਾਂਦੀਆਂ ਨੇ। ਬਲਜਿੰਦਰ ਸਿੰਘ ਇਸੇ ਸਾਲ 17 ਜਨਵਰੀ 2020 ਨੂੰ ਲੱਦਾਖ 'ਚ ਬਰਫੀਲੀਆਂ ਚੋਟੀਆਂ 'ਤੇ ਗਸ਼ਤ ਕਰਦਾ ਸ਼ਹੀਦ ਹੋਇਆ ਸੀ। ਪੰਜਾਬ ਸਰਕਾਰ ਨੇ 12 ਲੱਖ ਰੁਪਏ ਦੇਣ ਦਾ ਐਲਾਨ ਕੀਤਾ ਪਰ ਮਿਲੇ ਸਿਰਫ 5 ਲੱਖ ਰੁਪਏ। ਕਿਸੇ ਨੂੰ ਸਾਨੂੰ ਤਾਂ ਰੋਟੀ ਖਾਣੀ, ਸਾਨੂੰ ਰੋਟੀ ਮਿਲਣੀ ਚਾਹੀਦੀ। ਬੱਚੇ ਨਿਕਲੇ 4 ਸਾਲ ਦੇ ਹੋਏ, 4.5 ਸਾਲ ਦੇ ਜਿੱਦਣ ਪੂਰੇ ਹੋ ਗਏ ਉਹਦੀ ਰੋਟੀ ਖਾਂਦੇ ਸੀ। ਸਾਰਾ ਨਾਨਕਾ ਪਰਿਵਾਰ ਵੀ ਉਹੀ ਸਾਂਭਦਾ ਸੀਗਾ, ਕੋਈ ਨਹੀਂ ਸੀ ਸਾਂਭਣ ਬਾਅਦ ਸਾਡੇ ਨਾ ਸਾਡਾ ਭਰਾ ਵੀ ਹੈ ਨਹੀਂ ਸੀ ਕੋਈ। ਬਸ ਇਹ ਪੁੱਤ ਉੱਠਿਆ ਸੀ ਅਜੇ 2 ਸਾਲ ਪੇ ਨੂੰ ਹੋ ਗਏ ਮਰੇ ਮਗਰੋਂ ਪੁੱਤ ਨਾ ਛੇਤੀ। ਅਸੀਂ ਮੰਗਾਂ ਸੀ ਤਾਂ ਇਹ ਕਹਿੰਦੇ ਵੀ ਇਹਨੂੰ ਨੌਕਰੀ ਦਿੱਤੀ ਜਾਵੇ, ਅੱਗਾਂ ਕੁੜੀ ਦਾ ਵਿਆਹ ਹੈ, ਇਹਦਾ ਵਿਆਹ ਵੀ ਕਰਨਾ ਆ, ਬੱਚੇ ਆ, ਇਹਨਾਂ ਨੂੰ ਵੀ ਕੋਈ ਸਹੂਲਤ ਹੋਣੀ ਚਾਹੀਦੀ। ਅਸੀਂ ਕਿੱਦਾਂ ਪਾਲਣੇ, ਸਾਤੋਂ ਤਾਂ ਤੁਰ ਫਿਰ ਵੀ ਨਹੀਂ ਹੁੰਦਾ, ਅਸੀਂ ਕੁਛ ਵੀ ਨਹੀਂ। ਅਸੀਂ ਕਰਨਾ ਖੇਤਾਂ 'ਚੋਂ ਆਈ ਹਾਂ, ਹੁਣ 2 ਹੀ ਬੱਚੇ ਸੀ, ਇੱਕ ਦਿਹਾੜੀਦਾਰ ਵਾ, ਇਹ ਸੀਗਾ ਇਹ ਰੋਟੀ ਦੇ ਦਿਉ ਨਹੀਂ ਸਾਨੂੰ, ਨਾ ਉਹਦੀ ਜਨਾਨੀ, ਸਾਨੂੰ ਕੋਈ ਨਹੀਂ ਦੇਖਦਾ। ਬਸ ਉਹ ਇਹਦਾ ਇਹ ਹਿਸਾਬ ਦਾ ਕਹਿੰਦੇ ਕਰੋਨਾ ਆ ਗਿਆ ਅਤੇ ਕੋਈ ਨਹੀਂ ਸਾਨੂੰ, ਕੋਈ ਨਹੀਂ ਅਜੇ ਤੱਕ ਕੁਛ ਪੱਲੇ ਨਹੀਂ ਪਿਆ ਸਾਡੇ। ਡਿਊਟੀ ਆ, ਅਸੀਂ ਕਹਿੰਦੇ ਕਿ ਨੌਕਰੀ 'ਤੇ ਲੱਗ ਜਾਏ, ਕੋਈ ਨਹੀਂ ਆਇਆ, ਨਾ ਕੋਈ MLA, ਨਾ ਕਿਸੇ ਨਾਲ ਵੀ ਨਹੀਂ ਸਾਨੂੰ ਪੁੱਛਿਆ ਅਤੇ ਕਿੱਦਾਂ ਦਾ ਮੇਰਾ ਸਿਰ ਵਰਗਾ ਪੁੱਤ। ਅਸੀਂ ਤਾਂ ਕਹਿੰਦੇ ਨਾ ਸਾਡਾ ਪੁੱਤ ਮਾਰਦਾ, ਨਾ ਸਾਨੂੰ ਕੋਈ ਕੁਛ ਦਿੰਦਾ, ਅਸੀਂ ਕੀ ਕਰੀਏ ਹੁਣ, ਅਧੂਰੇ ਛੱਡ ਗਿਆ। ਅਸੀਂ ਕਹਿੰਦੇ ਸਾਡੇ ਪੁੱਤ ਨਾ ਜਾਂਦਾ, ਕੱਖਾਂ ਦੀ ਕੁੱਲੀ 'ਚ ਰਹਿ ਲੈਂਦੇ, ਕੋਈ ਹੱਜ ਨਹੀਂ ਗਾ ਸਾਡਾ ਜਿਵੇਂ, ਕੋਈ ਮਦਦ ਨਹੀਂ ਕਰਦਾ। ਸਰ ਉੱਧਰ ਜਾਂਦੇ ਸਰਕਾਰ ਵੱਲੋਂ, ਉੱਧਰ ਵੀ ਨਹੀਂ ਕੋਈ ਵੀ ਸੁਣਦਾ ਸਾਡੀ। 10 ਲੱਖ ਕਰਜ਼ਾ ਲਿਆ ਹੈ, ਉਹ ਵੀ ਦੇਣਾ ਪੈਣਾ, ਉਹਦਾ ਕੁਛ ਨਹੀਂ ਹੋਇਆ। ਹੁਣ ਸਰਕਾਰ ਸਾਡੀ ਮਦਦ ਕਰੇ, ਅਸੀਂ ਤਾਂ ਕੁਛ ਨਹੀਂ ਕਰ ਜੋਗੇ। ਨਾ ਇਹ ਵਹੁਟੀ ਨੂੰ ਅਜੇ ਕੋਈ ਨਾ ਕੋਈ ਕਹਿੰਦੇ ਨੌਕਰੀ ਮਿਲ ਜਾਏ, ਇਹਨੂੰ ਵੀ ਨਹੀਂ ਕੋਈ ਗੱਲ ਹੀ ਨਹੀਂ ਹੁੰਦੀ। ਸ਼ਹੀਦ ਦੀ ਭੈਣ ਅਮਨਦੀਪ ਕੌਰ ਨੇ ਦੱਸਿਆ ਕਿ ਸ਼ਹੀਦ ਬਲਜਿੰਦਰ ਸਿੰਘ ਦੇ 2 ਜੁੜਵਾ ਧੀਆਂ ਨੇ ਜਿਨ੍ਹਾਂ ਦੀ ਉਮਰ ਕਰੀਬ 5 ਸਾਲ ਹੈ। ਮਕਾਨ ਵੀ ਕਰਜ਼ਾ ਚੁੱਕ ਕੇ ਬਣਾਇਆ ਸੀ, ਹੁਣ ਘਰ ਦਾ ਗੁਜ਼ਾਰਾ ਵੀ ਮੁਸ਼ਕਿਲ ਦੇ ਨਾਲ ਹੋ ਰਿਹਾ। ਜਿਹੜੇ ਸ਼ਹੀਦ ਵੀਰ ਹੋਏ ਆ ਹੁਣ, ਉਹਨਾਂ ਨੂੰ ਕੈਪਟਨ ਅਮਰਿੰਦਰ ਸਿੰਘ ਵੱਲੋਂ 50 ਲੱਖ ਦੀ ਮਾਲੀ ਸਹਾਇਤਾ ਦਿੱਤੀ ਗਈ, ਪਰ ਮੇਰਾ ਬ੍ਰਦਰ ਉਹ ਇੰਨੇ ਖੌਫਨਾਕ ਹਾਲਾਤਾਂ ਦੇ ਵਿੱਚੋਂ ਦੀ ਇੱਦਾਂ ਹੋਏ ਹੈਗੇ ਆ, ਬਰਫ਼ਾਂ ਦੇ ਵਿੱਚ ਬਰਫੀਲੇ ਤੂਫਾਨਾਂ ਦੇ ਨਾਲ ਸ਼ਹੀਦ ਹੋ ਗਏ, ਉਹਨਾਂ ਦੀ ਸ਼ਹੀਦੀ ਦਾ ਮੁੱਲ ਸਿਰਫ 5 ਲੱਖ, ਉਹ ਵੀ ਭੋਗਤੇ ਦੇ ਗਏ, ਉਸ ਤੋਂ ਬਾਅਦ ਕੋਈ ਕਰਾਰ ਨਹੀਂ ਮਿਲੀ। ਸਾਨੂੰ ਵੀ ਉਹੀ ਮਤਲਬ ਸਾਨੂੰ ਵੀ ਉਹੀ ਸਹਾਇਤਾ ਚਾਹੀਦੀ ਜੋ ਹੁਣ ਦੇ ਸ਼ਹੀਦਾਂ ਨੂੰ ਦਿੱਤੀ ਜਾ ਰਹੀ ਆ, ਅਤੇ ਸਾਨੂੰ ਜੋ ਵੀ ਸਾਨੂੰ ਯਾਦਗਾਰੀ ਚਿੰਨ੍ਹ ਬਣਵਾਇਆ ਜਾਵੇ ਸਾਡੇ ਪਿੰਡ ਦੇ ਵਿੱਚ, ਉਹਨਾਂ ਦੇ ਨਾਂ 'ਤੇ ਇੱਕ ਸਾਡਾ ਲੋਨ ਵੀ ਮਾਫ਼ ਕਰਵਾਇਆ ਜਾਵੇ, ਸਾਡੇ ਫੈਮਿਲੀ ਦੇ ਵਿੱਚ ਇੱਕ ਬੰਦੇ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ ਜੋ ਕਿ ਦਾਅਵਾ ਕਰ ਚੁੱਕੇ ਸੀ, ਪਰ ਉਸ 'ਤੇ ਕੋਈ ਵੀ ਕਾਰਵਾਈ ਨਹੀਂ ਹੋਈ ਹਜੇ ਤੱਕ। ਸਾਨੂੰ ਜਲਦੀ ਤੋਂ ਜਲਦੀ ਇਹ ਕਾਰਵਾਈ ਚਾਹੀਦੀ ਆ, ਮਤਲਬ ਹਰ ਕੰਮ ਦੇ ਲਈ ਬਹੁਤ ਜ਼ਿਆਦਾ ਡਿਲੇ ਹੋ ਰਿਹਾ ਆ ਜੋ ਕਿ ਨਹੀਂ ਹੋਣਾ ਚਾਹੀਦਾ। ਸਾਡੇ ਤੋਂ ਕੋਈ ਵੀ ਇੱਦਾਂ ਦੌੜ ਭੱਜ ਨਹੀਂ ਹੋ ਪਾ ਰਹੀ, ਕਿਉਂਕਿ ਸਾਡੇ ਘਰ 'ਚ ਕੋਈ ਵੀ ਬੰਦਾ ਨਹੀਂ ਹੈਗਾ, ਅਸੀਂ ਸਾਰੀਆਂ ਲੇਡੀਜ਼ ਆ, ਅਸੀਂ ਇੰਨਾ ਕੁਛ ਨਹੀਂ ਕਰ ਸਕਦੇ, ਸਾਡੇ ਕੰਮ ਪੰਜਾਬ ਸਰਕਾਰ ਆਪ ਕਰਵਾਵੇ, ਸਾਨੂੰ ਉਹੀ ਸਹਾਇਤਾ ਦਿੱਤੀ ਜਾਵੇ ਜੋ ਹੁਣ ਦੇ ਸ਼ਹੀਦਾਂ ਨੂੰ ਦਿੱਤੀ ਜਾ ਰਹੀ ਆ। ਸਾਨੂੰ ਜੋ ਵੀ 5 ਲੱਖ ਦੇ ਕੇ ਗਏ ਸੀ ਐਕਸਗ੍ਰੇਸ਼ੀਆ ਫੰਡ, ਉਹਦੇ ਵਿੱਚ ਕੀ ਅਸੀਂ ਸਾਰਾ ਗੁਜ਼ਾਰਾ ਕਰ ਲਵਾਂਗੇ ਕਿ ਬਾਕੀਆਂ ਨੂੰ 5 ਲੱਖ ਹੀ ਦਿੱਤਾ ਜਾ ਰਿਹਾ ਸ਼ਹੀਦਾਂ ਨੂੰ, ਕਿ ਉਹਨਾਂ ਦੀ ਫੈਮਿਲੀ ਇੰਨੇ 'ਚ ਗੁਜ਼ਾਰਾ ਕਰ ਸਕਦੇ ਆ? ਸਾਡੀ ਫੈਮਿਲੀ ਦੇ ਵਿੱਚ 7 ਮੈਂਬਰ ਆ ਜੋ ਕਿ ਸਿਰਫ ਬ੍ਰਦਰ ਦੇ ਡਿਪੈਂਡ ਸੀਗੇ, ਸਾਰਾ ਖਰਚਾ ਉਹ ਚੱਕਦੇ ਸੀ, ਅਤੇ ਹੁਣ ਅਸੀਂ 5 ਲੱਖ ਦੇ ਸਿਰ 'ਤੇ ਸਾਰੇ ਜਣੇ ਕਿਵੇਂ ਰਹਿ ਸਕਦੇ ਹਾਂ? ਸਾਡੇ ਨਾਲ ਇੰਨਾ ਵਿਤਕਰਾ ਕਿਉਂ ਕੀਤਾ ਜਾ ਰਿਹਾ? ਜੇ ਉਹਨਾਂ ਨੂੰ ਇੰਨਾ ਕੁਛ ਦਿੱਤਾ ਜਾ ਰਿਹਾ ਤਾਂ ਸਾਨੂੰ ਵੀ ਦਿੱਤਾ ਜਾਵੇ, ਅਤੇ ਜੋ ਵੀ
छोटे छोटे बच्चे आ, सारी फैमिली आ, मीटर के बिल, बिजली के खर्चे, पानी के खर्चे, सानू जे 30-35 हज़ार की तनखा दे विच भी सारा कुछ माफ़ होना चाहिए, पर सानू तो अजे तक पेंशन भी नहीं लगी, तो पेंशन के सिर पर भी असी सारे मैंबर किवें गुजारा कर सकते हैं। सानू सारयां नू पूरे जो भी साढ़े हक बनते दिते जाण, जो हुण दे शहीदां नू दिते जा रहे हैं, तो ब्रदर के जो 5 साल के छोटे छोटे बच्चे ने जुड़वा, उन्हां दी सार पढ़ाई का सारा खर्च पंजाब सरकार वालों ज सेंटर गवर्नमेंट किसी भी वालों चक्या जाए, उन्हां दी आर्मी स्कूल दे विच वधिया पढ़ाई करवाई जाए, उन्हां दा सारा खर्चा चक्या जाए, ता कि असी उन्हां नू ब्रदर के नक्शे कदमां ते चला के वधिया ऑफिसर बना सकीए। सरहद ते जदों जवान शहीद हुंदा तां लीडर वड्डे वड्डे दावे करदे ने, शहीद के संस्कार तो लैके भोग तक वादियां दी झड़ी लगा दित्ती जांदी है, पर बाद विच कोई नहीं पुछदा। इस परिवार का भी यही हाल है। वैसे तो शहादत का कोई मुल नहीं हुंदा, पर शहीद के परिवार का माण सत्कार करना सरकारां दा फर्ज है। उम्मीद है कि इस खबर तो बाद सरकार जागेगी ते परिवार दियां अखां च तरले दे हंजू नहीं होणगे। होशियारपुर तो अमरीक कुमार की रिपोर्ट, D5 चैनल पंजाबी। D5 चैनल पंजाबी, हुणे सब्सक्राइब करो, बैल आइकन पे क्लिक करो।